बिस्मिल्लाहिर्रहमानिर्रहीम अस्सलाम वालेकुम नाज़रीन, अज असीं तुहानूं लै के आए हाँ स्ट्रॉबेरी के खेत में। अजकल के मौसम में बच्चे बुढ़े जवान स्ट्रॉबेरी बहुत शौक नाल खाते हैं क्योंकि स्ट्रॉबेरी बहुत खुश जायका फल है। स्ट्रॉबेरी का जूस बना लो या स्ट्रॉबेरी इस तरह ही कट के खा लो, मज़ेदार फल है। स्ट्रॉबेरी बहुत ज़्यादा मज़ेदार होने के नाल नाल सेहत वास्ते भी बड़ी मुफीद चीज़ है। नाज़रीन, स्ट्रॉबेरी किस तरह काश्त की जाती है यह असीं पुछांगे गुलाम अली साहब के कोलों। ਕੌਣ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ? ਠੀਕ ਠੀਕ ਠਾਕ ਸ਼ੁਕਰ ਅੱਲਾ ਦੀ, ਤੁਸੀਂ ਸੁਣਾਓ ਜੀ, ਸਭ ਖੈਰ? ਸ਼ੁਕਰ ਅੱਲਾ। ਅੱਛਾ ਨਾ ਗੁਲਾਮ ਅਲੀ ਸਾਹਿਬ, ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਇਹ ਜਿਹੜੀ ਸਟ੍ਰਾਬੇਰੀ ਤੁਸੀਂ ਉਗਾਈ ਹੋਈ ਹੈ ਜੀ ਜੀ, ਇਹਦੇ ਵਾਸਤੇ ਇਲਾਕਾ ਕੋਈ ਖਾਸ ਹੁੰਦਾ ਜਾਂ ਫਿਰ ਜਿਸ ਇਲਾਕੇ ਵਿੱਚ ਮਰਜ਼ੀ ਚਾਹੋ ਤੁਸੀਂ ਉਗਾ ਸਕਦੇ ਹੋ? ਜੀ, ਇਹ ਵੈਸੇ ਤਾਂ ਹਰ ਇਲਾਕੇ 'ਚ ਹੋ ਸਕਦੀ ਹੈ, ਅਤੇ ਜਿਹੜਾ ਖਾਸ ਕਰਕੇ ਗੁਜਰਾਂਵਾਲਾ ਸ਼ਿਵਪੁਰਾ ਇਲਾਕਾ ਹੈ ਉੱਥੇ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉਸ ਤੋਂ ਬਾਅਦ ਸਾਡੇ ਮੰਡੀ ਬਹੁਤ ਜ਼ਿਲ੍ਹੇ 'ਚ ਵੀ ਲੱਗਣੀ ਸ਼ੁਰੂ ਹੋ ਗਈ, ਅਤੇ ਇਹਦੇ ਵਾਸਤੇ ਮੇਰਾ ਟਾਈਪ ਜਿਹੜੀ ਜ਼ਮੀਨ ਹੈ ਨਾ ਉਹ ਬਿਹਤਰ ਹੁੰਦੀ ਹੈ। ਹਾਂਜੀ, ਇਹ ਕਿਸੇ ਇਲਾਕੇ 'ਚ ਵੀ ਕਾਸ਼ ਕੀਤੀ ਜਾ ਸਕਦੀ ਹੈ, ਮਸਲ ਇਹਦੇ ਵਾਸਤੇ ਕੋਈ ਮਖਸੂਸ ਇਲਾਕਾ ਨਹੀਂ ਹੈ, ਇਹ ਮੇਰਾ ਟਾਈਪ ਜ਼ਮੀਨ ਹੋਵੇ ਬਸ, ਅਤੇ ਉਹ ਤੁਸੀਂ ਕਾਸ਼ ਕਰ ਸਕਦੇ ਹਰ ਜਗ੍ਹਾ 'ਤੇ ਨਾ। ਅੱਛਾ ਜੀ, ਅਤੇ ਗੁਲਾਮ ਅਲੀ ਸਾਹਿਬ, ਇਹ ਜ਼ਰਾ ਦੱਸ ਦੇਵੋ ਕਿ ਜਿਸ ਵਕਤ ਤੁਸੀਂ ਗੱਡਦੇ ਹੋ, ਆਮ ਜਿਸ ਤਰ੍ਹਾਂ ਗੰਦਮ ਦੀ ਬਿਜਾਈ ਹੁੰਦੀ ਹੈ, ਛੱਟਾ ਲਾ ਕੇ ਬੀਜ ਬੋਂਦੇ ਹੋ ਜਾਂ ਇਹਦੀ ਕੋਈ ਖਾਸ ਕੋਈ ਤਰੀਕਾਕਾਰ ਹੁੰਦਾ? ਨਹੀਂ ਜੀ, ਇਹਦੀ ਬੀਜ ਨਹੀਂ ਹੁੰਦਾ, ਇਹਦੀ ਪਨੀਰੀ ਹੁੰਦੀ, ਇਹਦੀ ਤੁਸੀਂ ਖੇਲੀਆਂ ਕੱਢਣੀਆਂ ਹੁੰਦੀਆਂ ਨੇ, ਅਤੇ ਖੇਲੀ ਕੱਢ ਕੇ ਅਤੇ ਫਿਰ ਪਾਣੀ ਛੱਡ ਕੇ ਖੇਲੀ ਦੇ ਵਿੱਚ, ਅਤੇ ਤੁਸਾਂ ਇਹਦੀ ਪਨੀਰੀ ਲਾਉਣੀ ਹੁੰਦੀ। ਅਤੇ ਸਰ, ਪਨੀਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ, ਆਪੇ ਤਿਆਰ ਕਰਦੇ ਹੋ ਜਾਂ ਕਿਧਰੋਂ ਦੂਰੋਂ ਲੈ ਕੇ ਆਉਂਦੇ ਹੋ? ਹਾਂਜੀ, ਇਹਦੀ ਪਨੀਰੀ ਮਿਲਦੀ ਜੀ ਸਵਾਤ ਤੋਂ, ਸਵਾਤ ਦੇ ਏਰੀਏ 'ਚ ਨਾ, ਸਵਾਤ ਚਤਰਾਲ ਦੇ ਇਲਾਕੇ 'ਚ, ਦੀਰ ਦੇ ਇਲਾਕੇ 'ਚ। ਅੱਛਾ, ਅਤੇ ਸਰ, ਇਹ ਜਿਹੜੀ ਪਨੀਰੀ ਤੁਸੀਂ ਸਵਾਦ ਦੀ ਹੈ ਇਤਨੀ ਦੂਰ ਤੋਂ ਲੈ ਕੇ ਆਉਂਦੇ ਹੋ, ਜਿਸ ਤਰ੍ਹਾਂ ਸਟ੍ਰਾਬੇਰੀ ਇੱਥੇ ਕਾਸ਼ਤ ਹੋ ਜਾਂਦੀ ਹੈ, ਸਹੀ ਫਲ ਵੀ ਦਿੰਦੀ ਹੈ, ਇਸ ਇਲਾਕੇ ਵਿੱਚ ਪਨੀਰੀ ਨਹੀਂ ਕਾਸ਼ਤ ਕੀਤੀ ਜਾ ਸਕਦੀ? ਨਹੀਂ ਜੀ, ਇਸ ਇਲਾਕੇ 'ਚ ਨਹੀਂ ਹੋ ਸਕਦੀ, ਇਹਨੂੰ ਨਾ ਠੰਡੀ, ਮਤਲਬ ਕਿ ਠੰਡੀ ਆਬੋ ਹਵਾ, ਠੰਡੀ ਜ਼ਮੀਨ ਚਾਹੀਦੀ, ਠੰਡਾ ਮੌਸਮ ਨਾ, ਤੋ ਫਿਰ ਇੱਥੇ ਸਾਡਾ ਹੈ ਨਹੀਂ, ਅਤੇ ਉਹ ਇਸ ਵਾਸਤੇ ਇੱਥੇ ਨਹੀਂ ਕਾਮਯਾਬ ਇਹਦੀ ਪਨੀਰੀ ਜੀ ਵਗੈਰਾ ਜਿਹੜੀ ਹੈ ਨਾ, ਉਹ ਪਨੀਰੀ ਇਹਦੀ ਜਿਹੜੀ ਨਾ ਉਹ ਕਾਮਯਾਬ ਉੱਥੇ ਹੀ ਹੈ, ਮਤਲਬ ਤੁਹਾਡੇ ਸਵਾਦ ਦੇ ਏਰੀਏ ਵਿੱਚ ਨਾ। ਅਤੇ ਸਰ, ਇਹ ਜ਼ਰਾ ਦੱਸ ਦਿਓ ਕਿ ਜਿਸ ਵਕਤ ਤੁਸੀਂ ਪਨੀਰੀ ਲਾਉਂਦੇ ਹੋ, ਲਾਉਣ ਟਾਈਮ ਜਿਹੜਾ ਤੁਸੀਂ ਜ਼ਮੀਨ ਸਾਰੇ ਉੱਤੇ ਛਾਪਰ ਹੀ ਛਾਪਰ ਚੜਾ ਦਿੰਦੇ ਹੋ, ਇਹਦਾ ਕੀ ਮਕਸਦ ਹੁੰਦਾ? ਇਹਦਾ ਮਕਸਦ ਇਹ ਜੀ ਛਾਪਰ ਦਾ ਕਿ ਤੁਹਾਨੂੰ ਗੋਡੀਆਂ ਘੱਟ ਕਰਨੀਆਂ ਪੈਣਗੀਆਂ, ਵਿੱਚ ਗੰਦ ਵਗੈਰਾ, ਘਾਹ ਘਾਸ ਜਿਹੜੀ ਉੱਗਦੀ ਨਾ, ਉਹ ਫਿਰ ਗੋਡੀ ਕਰਨ 'ਚ ਤੁਹਾਨੂੰ ਜ਼ਰਾ ਆਸਾਨੀ ਹੋ ਜਾਂਦੀ ਹੈ, ਛਾਪਰ ਦਾ ਇਹ ਫਾਇਦਾ ਹੁੰਦਾ। ਦੂਸਰਾ ਫਾਇਦਾ ਇਹਦਾ ਇਹ ਵੀ ਹੈ ਕਿ ਫਲ ਜਿਹੜਾ ਨਾ ਉਹ ਸਾਫ਼ ਰਹਿੰਦਾ, ਉਹਨੂੰ ਮਿੱਟੀ ਨਹੀਂ ਲੱਗਦੀ, ਉਹਨੂੰ ਪਾਣੀ ਨਹੀਂ ਲੱਗਦਾ, ਖਾਦ ਵਗੈਰਾ ਲਾਉਣਾ। ਅਤੇ ਸਰ, ਜ਼ਰਾ ਇਹ ਦੱਸ ਦੇਵੋ ਕਿ ਜਿਸ ਵਕਤ ਤੁਸੀਂ ਇਹਨੂੰ ਛਾਪਰ ਚੜਾਉਂਦੇ ਹੋ ਜਾਂ ਫਿਰ ਜਿਸ ਵਕਤ ਇਹਦੀ ਪਨੀਰੀ ਤੁਸੀਂ ਗੱਢ ਦਿੰਦੇ ਹੋ, ਉਸ ਤੋਂ ਬਾਅਦ ਤੁਹਾਡਾ ਛਾਪਰ ਉੱਤੇ ਕਿੰਨਾ ਖਰਚਾ ਆਉਂਦਾ ਅਤੇ ਪਨੀਰੀ ਉੱਤੇ ਕਿੰਨਾ ਖਰਚਾ ਆਉਂਦਾ ਇੱਕ ਏਕੜ ਦਾ? ਇਹ ਪਨੀਰੀ ਦਾ ਖਰਚਾ ਹੈ ਜੀ ਤਕਰੀਬਨ ਇੱਕ ਏਕੜ ਦਾ 1.5 ਲੱਖ ਰੁਪਈਆ, ਅਤੇ ਤਕਰੀਬਨ ਕੋਈ ਜਿਹੜਾ ਉਹ 30 ਤੋਂ 40 ਹਜ਼ਾਰ ਰੁਪਈਆ ਉਹ ਛਾਪਰ ਦਾ ਖਰਚਾ ਕਿੱਲੇ ਦਾ ਨਾ। ਔਰ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਖਾਦ ਆਮ ਪਾਉਂਦੇ ਹੋ ਜਾਂ ਸਪਰੇਅ ਕਿਹੜਾ ਕਰਦੇ ਜਿਹੜੀ ਬੂਟੀਆਂ ਕਰਦਾ ਪੈਦਾ ਹੋਣ? ਹਾਂਜੀ, ਖਾਦ ਇਹਦੇ 'ਚ ਤੁਸੀਂ ਆਮ ਖਾਦ ਇਸਤੇਮਾਲ ਕਰ ਸਕਦੇ ਹੋ, ਨੈਟਰੋਫਾਸ ਕਰ ਸਕਦੇ ਹੋ, ਯੂਰੀਆ ਵੀ ਇਸਤੇਮਾਲ ਹੁੰਦੀ ਹੈ, ਫਿਰ ਪੋਟਾਸ਼ ਵੀ ਹੁੰਦੀ ਹੈ, ਸਾਰੀ ਖਾਦਾਂ ਇਸਤੇਮਾਲ ਤਕਰੀਬਨ ਹੁੰਦੀਆਂ ਨੇ 'ਚ। ਅਤੇ ਸਰ, ਜਿਸ ਟਾਈਮ ਤਿਆਰ ਹੋ ਜਾਂਦੀ ਹੈ ਸਟ੍ਰਾਬੇਰੀ, ਕੋਈ ਮਜ਼ੀਦ ਸਪਰੇਅ ਵਗੈਰਾ ਕਰਦੇ ਹੋ ਤਾਂ ਕਿ ਇਹਦੇ ਵਿੱਚ ਮਜ਼ੀਦ ਕੋਈ ਜੜੀ ਬੂਟੀਆਂ ਨਾ ਆਉਣ? ਹਾਂਜੀ, ਜੜੀ ਬੂਟੀਆਂ ਵਾਲੇ ਵੀ ਸਪਰੇਅ ਤੁਸੀਂ ਕਰ ਸਕਦੇ ਹੋ, ਫਿਰ ਜੜੀ ਬੂਟੀਆਂ ਤੁਸੀਂ ਗੋਡੀ ਕਰਕੇ ਵੀ ਖਤਮ ਕਰਾ ਸਕਦੇ ਹੋ। ਅੱਛਾ, ਅਤੇ ਜਦੀਦ ਸਿਸਟਮ ਨਿਜ਼ਾਮ ਹੈ, ਕਾਫੀ ਸਾਰੀਆਂ ਸਪਰੇਆਂ ਨੇ ਜਿਹੜੀਆਂ ਤੁਸੀਂ ਪਾ ਕੇ ਜੜੀ ਬੂਟੀਆਂ ਖਤਮ ਕਰ ਸਕਦੇ ਹੋ, ਅਤੇ ਸਪਰੇਆਂ ਫਿਰ ਇਹਨੂੰ ਕਾਫੀ ਹੁੰਦੀਆਂ ਨੇ, ਟਾਨਕ ਵਗੈਰਾ ਵੀ ਹੁੰਦੇ ਨੇ, ਜ਼ਹਿਰ ਵਗੈਰਾ ਵੀ ਹੁੰਦੇ ਨੇ ਜੀ। ਸਰ, ਤੁਹਾਡਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਤਕਰੀਬਨ 1 ਏਕੜ ਤਿਆਰ ਹੋਣ ਤੱਕ 2.5 ਤੋਂ 3 ਲੱਖ ਰੁਪਏ ਖਰਚਾ ਆ ਜਾਂਦਾ ਜੀ, ਉਸ ਤੋਂ ਬਾਅਦ ਇਹਦੇ ਵਿੱਚ ਬਚਤ ਕਿਤਨੀ ਆ ਜਾਂਦੀ ਹੈ? ਇਨਕਮ ਜੀ ਇਹ 'ਚ ਠੀਕ ਵੀ ਹੋ ਸਕਦੀ ਹੈ, ਗਲਤ ਵੀ ਹੋ ਸਕਦੀ, ਉਹਦੀ ਵਜ੍ਹਾ ਵੇ ਕਿ ਇੱਥੇ ਮੌਸਮੀ ਅਸਰਾਤ ਜਿਹੜੇ ਨਾ ਉਹ ਬੜੇ ਡਿਪੈਂਡ ਕਰਦੇ ਨੇ, ਕਿਉਂਕਿ ਬਾਰਿਸ਼ ਜਿਹੜੀ ਹੈ ਨਾ ਉਹ ਬਾਰਿਸ਼ ਨੂੰ ਇਹ ਬੁਰਾ ਮਹਿਸੂਸ ਕਰਦੀ ਹੈ, ਅਗਰ ਬਾਰਿਸ਼ਾਂ ਥੋੜ੍ਹੀਆਂ ਹੋਣ ਤਾਂ ਫਿਰ ਇਨਕਮ ਅੱਛੀ ਵੀ ਹੋ ਜਾਂਦੀ ਹੈ, ਅਗਰ ਮੌਸਮ ਸਾਥ ਨਾ ਦੇਵੇ, ਬਾਰਿਸ਼ਾਂ ਜ਼ਿਆਦਾ ਹੋਣ ਤਾਂ ਫਿਰ ਜਿਹੜਾ ਉਹ ਇਨਕਮ ਥੋੜ੍ਹੀ ਹੁੰਦੀ ਹੈ, ਅਤੇ ਵੈਸੇ 4 ਤੋਂ 5 ਲੱਖ ਰੁਪਈਆ ਬਣਾ ਜਾਂਦੀ ਆਮ ਹੈ। ਤੁਸੀਂ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਕੀ ਮਸ਼ਵਰਾ ਦੇਵੋਗੇ, ਕੋਈ ਵੀ ਕਾਸ਼ਤ ਕਰਨੀ ਹੈ ਫਿਰ ਕੋਈ ਨਹੀਂ ਜ਼ਰੂਰਤ? ਹਾਂਜੀ, ਕਾਸ਼ਤ ਕਰਨੀ ਚਾਹੀਦੀ ਹੈ, ਰਵਾਇਤੀ ਫਸਲਾਂ ਤੋਂ ਹਟ ਕੇ ਤੁਹਾਨੂੰ ਹਰ ਚੀਜ਼ ਦੇ ਦਿਲਚਸਪੀ ਲੈਣੀ ਚਾਹੀਦੀ ਹੈ, ਔਰ ਤਾਂ ਕਿ ਫਰੂਟ ਸਾਰੇ ਹੋਣ, ਸਸਤੇ ਹੋਣ ਮਾਰਕੀਟ 'ਚ, ਅਤੇ ਤਾਂ ਕਿ ਆਮ ਆਵਾਮ ਤੱਕ ਵੀ ਪਹੁੰਚ ਸਕਣ ਜੀ। ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮੁਲਾਕਾਤ ਕਰਕੇ, ਬਹੁਤ ਸ਼ੁਕਰੀਆ ਜਨਾਬ। ਠੀਕ ਹੋ ਗਿਆ ਜੀ। ਨਾਜ਼ਰੀਨ, ਗੁਲਾਮ ਅਲੀ ਸਾਹਿਬ ਦੇ ਨਾਲ ਨਾਲ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਵੇਖਿਆ ਔਰ ਪਸੰਦ ਕੀਤਾ। ਇਸ ਦੇ ਨਾਲ ਹੀ ਮੀਆਂ ਜ਼ੁਲਫਕਾਰ ਅਲੀ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।